ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਖੇਤੀ ਆਰਡੀਨੈਂਸ ਨੂੰ ਲੈ ਕੇ ਕਿਉਂਕਿ ਅਕਾਲੀ ਦਲ ਤਾਂ ਇੱਕ ਗੱਲ ਕਹਿ ਰਿਹਾ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਅਸਤੀਫਾ ਦੇ ਦਿੱਤਾ ਲੇਕਿਨ ਕਾਂਗਰਸ ਜਿਹੜੀ ਹੈ ਉਹ ਮਹਿਜ਼ ਡਰਾਮਾ ਕਰ ਰਹੀ ਹੈ ਵਾਕਆਊਟ ਦੀ ਵਾਰੀ ਕਾਂਗਰਸ ਕਰ ਦਿੰਦੀ ਹੈ ਔਰ ਇਸੇ ਵਜ੍ਹਾ ਕਰਕੇ ਸਵਾਲ ਜਿਹੜੇ ਨੇ ਗੁਰਜੀਤ ਔਜਲਾ ਤੋਂ ਸਿੱਧੇ ਨਿਊਜ਼ 18 ਪੁੱਛੇਗਾ ਔਜਲਾ ਸਾਹਿਬ ਕਿਵੇਂ ਦੇਖਦੇ ਹੋ ਹਰਸਿਮਰਤ ਕੌਰ ਬਾਦਲ ਤੁਸੀਂ ਕਹਿ ਰਹੇ ਸੀ ਕਿ ਅਕਾਲੀ ਦਲ ਮਹਿਜ਼ ਇੱਕ ਕੁਰਸੀ ਵਾਸਤੇ ਕਿਸਾਨਾਂ ਦੀ ਪੂਰੀ ਜਿਹੜੀ ਜ਼ਿੰਦਗੀ ਹੈ ਦਾਅ ਤੇ ਲਾ ਰਿਹਾ ਲੇਕਿਨ ਕੁਰਸੀ ਤਾਂ ਹੁਣ ਉਹਨਾਂ ਨੇ ਛੱਡਤੀ ਕੁਰਸੀ ਛੱਡੀ ਕਿਦੋਂ ਜੇ ਇਹੀ ਕੰਮ 5 ਜੂਨ ਨੂੰ ਸ਼ੁਰੂ ਜਾਂ 5 ਜੂਨ ਨੂੰ ਇਹਨਾਂ ਨੇ ਕੀਤਾ ਹੁੰਦਾ ਅੱਜ ਸਿਨੈਰੀਓ ਕੁਝ ਹੋਰ ਹੁੰਦਾ ਅੱਜ ਤੇ ਉਦੋਂ ਛੱਡੀ ਕਿ ਜਦੋਂ ਉਹ ਕਿਸਾਨਾਂ ਦੀ ਚਿਤਾ ਬਣਾ ਕੇ ਅੱਗ ਲਾਉਣ ਲੱਗੇ ਹੈ ਅੱਗ ਉਹਨਾਂ ਨੇ ਮਤਲਬ ਤਿਆਰ ਹੈ ਚਿਤਾ ਤਿਆਰ ਹੈ ਤੇ ਅੱਗ ਲੱਗਣ ਲੱਗੀ ਉੱਥੇ ਆ ਕੇ ਖੜ ਗਏ ਜੇ ਕੁਰਸੀ ਛੱਡਣੀ ਹੈ ਲੇਕਿਨ ਔਜਲਾ ਸਾਹਿਬ ਇਹਨੂੰ ਕੁਰਬਾਨੀ ਨਹੀਂ ਤੁਸੀਂ ਮੰਨੋਗੇ ਕਿਉਂ ਨੋ ਕੁਰਸੀ ਕੌਣ ਛੱਡਦਾ ਤੁਸੀਂ ਮੈਂਬਰ ਪਾਰਲੀਮੈਂਟ ਹੀ ਛੱਡੋਗੇ ਉਹ ਛੱਡੀ ਹੈ ਕਿਸਾਨੀ ਜਥੇਬੰਦੀਆਂ ਦੇ ਦਬਾਅ ਤੇ ਉਹਨਾਂ ਨੇ ਕਿਹਾ ਜੇ ਤੁਸੀਂ ਉੱਥੇ ਵਿਰੋਧਤਾ ਨਾ ਕੀਤੀ ਜੇ ਤੁਹਾਡੀ ਵਿਰੋਧਤਾ ਸਾਨੂੰ ਨਾ ਪਾਈ ਅਸੀਂ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਗੱਲ ਸਮਝੋ ਇੱਕ ਮਿੰਟ ਤੁਸੀਂ ਲੇਕਿਨ ਘਿਰਾਵ ਤਾਂ ਕਾਂਗਰਸੀ ਆਗੂਆਂ ਦਾ ਵੀ ਹੋ ਰਿਹਾ ਹੁਣ ਤਾਂ ਇਹ 25 ਤਰੀਕ ਨੂੰ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਗਿਆ ਅਰਥੀਆਂ ਫੂਕਣ ਦੀ ਗੱਲ ਜਿਹੜੀ ਹੈ ਸਰਕਾਰਾਂ ਦੀ ਕੀਤੀ ਜਾ ਰਹੀ ਚਾਹੇ ਪੰਜਾਬ ਸਰਕਾਰ ਹੋਵੇ ਕੇਂਦਰ ਸਰਕਾਰ ਹੋਵੇ ਅਕਾਲੀ ਦਲ ਤਾਂ ਇਹ ਕਹਿ ਰਿਹਾ ਕਿ ਮੀਟਿੰਗ 'ਚ ਤਾਂ ਮੁੱਖ ਮੰਤਰੀ ਗਏ ਨਹੀਂ ਦੂਸਰੀ ਮੀਟਿੰਗ 'ਚ ਫਾਈਨਾਂਸ ਮਿਨਿਸਟਰ ਨੂੰ ਭੇਜਤਾ ਆਪਾਂ ਆਪਣੀ ਜਿਹੜੀ ਗੱਲ ਕਰ ਰਹੇ ਪੋਤੇ ਆ ਜੀ ਫਿਰ ਇਹ ਡਿਸਕਸ ਕਰ ਲਿਓ ਆਪਾਂ 1 by 1 ਕਰੀਏ ਇਹਨੂੰ ਮਿਕਸ ਨਾ ਕਰੀਏ 5 ਜੂਨ ਨੂੰ ਜਦੋਂ ਇਹਨਾਂ ਦਾ ਕੈਬਨਿਟ ਦੇ ਵਿੱਚ ਇਹਨਾਂ ਨੇ ਸਾਈਨ ਕਰਕੇ ਨਿਕਲੇ ਆ ਇਹਨਾਂ ਤੇ ਪੰਜਾਬ 'ਚ ਆ ਕੇ ਹਾਦਾ ਨਾਰਾ ਨਹੀਂ ਮਾਰਿਆ ਵੀ ਸਾਡੀ ਕੈਬਨਿਟ ਨੇ ਆਹ ਫੈਸਲਾ ਕਰਤਾ ਕੈਬਨਿਟ ਦਾ ਕਾਨੂੰਨ ਬਾਹਰ ਆਉਂਦਾ ਆ ਕਿਸਾਨ ਜਥੇਬੰਦੀਆਂ ਕਾਨੂੰਨ ਪੜ੍ਹਦੀਆਂ ਨੇ ਕਿਸਾਨ ਜਥੇਬੰਦੀਆਂ ਇੱਕਦਮ ਰੋਜ਼ ਆ ਜਾਂਦੀਆਂ ਨੇ ਰੋਜ਼ 'ਚ ਆ ਜਾਂਦੀਆਂ ਨੇ ਇਹ ਕੰਟੀਨਿਊ ਇਹ ਇਹੀ ਕਹਿੰਦੇ ਰਹੇ ਆ ਚਾਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਚਾਹੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿ ਇਹ ਜਿਹੜਾ ਬਿੱਲ ਹੈ ਇਹ MSP ਜਿਹੜੀ ਹੈ ਬਣ ਬਰਕਰਾਰ ਰਹੇਗੀ ਇਹ ਕਿਸਾਨਾਂ ਦੇ ਹਿੱਤ 'ਚ ਹੈ ਚਾਹੇ ਦਿੱਲੀ ਬੈਠ ਕੇ ਮੀਟਿੰਗ ਕਰਦੇ ਸੀ ਚਾਹੇ ਇਹ ਬਾਰ ਬਾਰ ਇਹਨਾਂ ਦੇ ਬੁਲਾਰੇ ਜਿਹੜੇ ਸੀ ਉਹ ਜਾ ਕੇ ਚੈਨਲਾਂ ਦੇ ਉੱਤੇ ਅਖਬਾਰਾਂ ਦੇ ਰਾਹੀਂ ਲੋਕਾਂ ਨੂੰ ਇੱਕ ਹੀ ਗੱਲ ਕਰਦੀ ਸੀ ਕਿ ਆਰਡੀਨੈਂਸ ਬਹੁਤ ਵਧੀਆ ਹੈ ਆਰਡੀਨੈਂਸ 'ਚ ਕੋਈ ਕਮੀ ਪੇਸ਼ੀ ਨਹੀਂ ਹੈਗੀ ਲੇਕਿਨ ਕੱਲ ਕਮੀ ਪੇਸ਼ੀ ਸੀ ਜਿਹੜਾ ਬਾਦਲ ਹੋ ਰਹੇ ਨੇ ਮਾਫੀ ਮੰਗੀ ਕਿਸਾਨਾਂ ਤੋਂ ਕਿਹਾ ਕਿ ਮੈਂ ਸਰਕਾਰ ਨੂੰ ਸਮਝਾਉਣ 'ਚ ਕਾਮਯਾਬ ਨਹੀਂ ਹੋਈ ਮੈਂ ਕਿਸਾਨਾਂ ਨੂੰ ਨਹੀਂ ਸਮਝਾ ਸਕੀ ਮਾਫੀ ਜਿਹੜੀ ਨਿਊਜ਼ 18 ਤੇ ਉਹਨਾਂ ਨੇ ਮੰਗੀ ਕਿਸਾਨਾਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੈ ਜਿਹੜੇ ਹਾਲਾਤ ਐ ਇਸ ਵੇਲੇ ਪੰਜਾਬ 'ਚ ਬਣ ਗਏ ਨੇ ਉਹ ਹਾਲਾਤ ਜਿਹੜੇ ਨੇ ਇਹਨਾਂ ਨੂੰ ਖੁਸ਼ਗਵਾਰ ਨਹੀਂ ਰਹਿਣੇ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਹਮੇਸ਼ਾ ਹੀ ਕਹਿ ਦਿੰਦੇ ਕਾਕਾ ਜੀ ਕੋਈ ਗੱਲ ਨਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਨੇ ਹੰਡੇ ਵਰਤੇ CM ਹੋਣ ਬਾਰ ਬਾਰ ਮੁੱਖ ਮੰਤਰੀ ਪੰਜਾਬ ਦੇ ਬਣਦੇ ਹੋਣ ਮੁੰਡਾ ਡਿਪਟੀ CM ਹੋਵੇ ਇਹਨਾਂ ਦੀ ਨੌ ਜਿਹੜੇ ਨੇ ਉਹ ਕੇਂਦਰੀ ਵਜ਼ਾਰਤ 'ਚ ਹੋਣ ਤੇ ਇਹਨਾਂ ਨੂੰ ਇਹ ਪਤਾ ਨਹੀਂ ਲੱਗਾ ਕੀ ਬਿੱਲ ਆਇਆ ਉੱਥੇ ਬਿਆਨ ਕੀ ਦੇ ਰਹੇ ਨੇ ਸੁਖਬੀਰ ਜੀ ਹੋਣੀ ਕਿ ਸਾਨੂੰ ਤੁਹਾਨੂੰ ਕਲੈਰੀਫਾਈ ਨਹੀਂ ਕੀਤਾ ਗਿਆ ਲੇਕਿਨ ਹੁਣ ਤਾਂ ਕੁਰਸੀ ਦੀ ਕੁਰਬਾਨੀ ਦਿੱਤੀ ਨਾ ਕੁਰਸੀ ਨੇ ਕੁਰਬਾਨੀ ਹੈ ਕੁਰਬਾਨੀ ਦਿੰਦੇ ਪਹਿਲੇ ਦਿਨ ਦੇਖੋ ਸਟੇਟਸਮੈਨ ਦਾ ਫਰਜ਼ ਕੀ ਹੈ ਕੈਪਟਨ ਸਾਹਿਬ ਦਾ ਫਰਜ਼ ਕੀ ਸੀ ਕੈਪਟਨ ਸਾਹਿਬ ਨੇ ਫਰਜ਼ ਅਦਾ ਕੀਤਾ ਜਦੋਂ ਪਾਣੀਆਂ ਦਾ ਬਿੱਲ ਆਇਆ ਸੁਪਰੀਮ ਕੋਰਟ ਇੱਥੇ ਫੈਸਲਾ ਕਰਦਾ ਉੱਥੇ ਰਿਜ਼ਾਈਨ ਚਲਾ ਜਾਂਦਾ ਲੇਕਿਨ ਹੁਣ ਰਿਜ਼ਾਈਨ ਕਿਉਂ ਨਹੀਂ ਦੇ ਰਹੇ ਹੁਣ ਵੀ ਤਾਂ ਕਿਸਾਨੀ ਦਾਅ ਤੇ ਲੱਗੀ ਹੁਣ ਮੁੱਖ ਮੰਤਰੀ ਰਿਜ਼ਾਈਨ ਦੇ ਦਿੰਦੇ ਤੁਸੀਂ ਰਿਜ਼ਾਈਨ ਦੇ ਦਿਓ ਲੜਾਈ ਤਾਂ ਕੇਂਦਰ ਵਜ਼ਾਰਤ ਨਾਲ ਹੈ ਜਿਹਦੇ ਵੀ ਵਜ਼ਾਰਤ 'ਚ ਹੁੰਦੇ ਸਾਡੀ ਨਹੀਂ ਸੁਣਦੀ ਅਸੀਂ ਜ਼ਰੂਰ ਰਿਜ਼ਾਈਨ ਦਿੰਦੇ ਅਸੀਂ ਵੀ ਕਾਲੀ ਕਰਕੇ ਇਹਨਾਂ ਨੂੰ ਵੇਲਿਆਂ ਕਰ ਦਈਏ ਇਹਨਾਂ ਦੇ ਕੁਲਜੀਤ ਨਾਗਰ ਹੋਰਾਂ ਨੇ ਰਿਜ਼ਾਈਨ ਦਿੱਤਾ ਦੇਖੋ ਕੁਲਜੀਤ ਨਾਗਰਾਂ ਨੇ ਭਾਵੁਕ ਰਿਜ਼ਾਈਨ ਦਿੱਤਾ ਉਹਦਾ ਬਣਦਾ ਨਹੀਂ ਗਾ ਉਹਦਾ ਬਣਦਾ ਇਹਨਾਂ ਨਾਲ ਲੜਾਈ ਲੜਨਾ ਅਸੀਂ ਕੇਂਦਰ ਦੀ ਆਪੋਜੀਸ਼ਨ 'ਚ ਲੜਾਈ ਲੜਨੀ ਆ ਅਸੀਂ ਅੱਜ ਖਾਲੀ ਸੀਟਾਂ ਕਰਕੇ ਘਰ ਬਹਿ ਜਾਈਏ ਬੋਲਣ ਵਾਲਾ ਕਿਹੜਾ ਰੂ ਮੈਨੂੰ ਪਾਰਲੀਮੈਂਟ 'ਚ ਵੜਨ ਦੇਣਾ ਕਿਸੇ ਨੇ ਲੇਕਿਨ ਬੋਲਣ ਦੀ ਜਦੋਂ ਵਾਰੀ ਸੀ ਉਦੋਂ ਤਾਂ ਤੁਹਾਡੇ ਵੀ 8-8 ਮੈਂਬਰ ਵਾਕਆਊਟ ਕਰਕੇ ਤੁਸੀਂ ਕੱਲੇ ਸੀਗੇ ਉਸ ਦਿਨ ਯੈਸ ਨੋ ਹੋ ਰਹੀ ਸੀ ਤੁਸੀਂ ਕੱਲੇ ਸੀਗੇ ਨੋ ਗਲਤ ਗੱਲ ਹੈ ਪਹਿਲੀ ਗੱਲ ਇਹ ਇਹਨਾਂ ਨੇ ਗੁੰਮਰਾਹ ਕੀਤਾ ਕਿ ਮੈਂ ਵੋਟ ਪਾ ਕੇ ਆਇਆ ਸੁਖਬੀਰ ਬਾਦਲ ਨੇ ਵੋਟ ਪਾਈ ਕਿੱਥੇ ਮੈਨੂੰ ਦੱਸੋ ਯੈਸ অর ਨੋ ਵੋਇਸ ਵੋਟਿੰਗ ਦੇਖੋ ਦੋ ਗੱਲਾਂ ਨੇ ਇੱਕ ਕਰੀ ਦੇਖੋ ਲੋਕਾਂ ਨੂੰ ਭੜਕਾਉਣਾ ਲੋਕਾਂ ਨੂੰ ਝੂਠ ਮਾਰਨਾ ਇਹਨਾਂ ਦਾ ਏਜੰਡਾ ਆ ਇਹ ਸੱਚੀ ਗੱਲ ਕਰ ਨਹੀਂ ਸਕਦੇ ਸੱਚੀ ਗੱਲ ਕਰਨ ਦੇਣਗੇ ਲੋਕਾਂ ਸਾਹਮਣੇ ਖੜ ਨਹੀਂ ਸਕਦੇ ਇਹਨਾਂ ਉੱਥੇ ਯੈਸ ਨੋ ਹੋਇਆ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਮੈਂ ਵੋਟ ਕੱਲਾ ਪਾ ਕੇ ਆ ਵੋਟ ਪਾਉਣ ਦਾ ਮਤਲਬ ਕੀ ਹੈ ਡਿਵੀਜ਼ਨ ਕਰਨੀ ਡਿਵੀਜ਼ਨ ਹੋਣੀ ਡਿਵੀਜ਼ਨ ਕਰਨ ਵਾਸਤੇ ਦੇਖੋ ਉੱਥੇ ਤਿੰਨ ਜਗ੍ਹਾ ਦੇ ਬੰਦੇ ਪੈਂਦੇ ਨੇ ਗੈਲਰੀ 'ਚ ਹੇਠਾਂ ਚੈਂਬਰ 'ਚ ਤੇ ਰਾਜ ਸਭਾ 'ਚ ਤੁਹਾਡੇ 8 ਮੈਂਬਰ ਪਾਰਲੀਮੈਂਟ ਉਸ ਵੇਲੇ ਮੌਜੂਦ ਸੀਗੇ ਜਦੋਂ ਵੋਇਸ ਵੋਟਿੰਗ ਹੋ ਰਹੀ ਸੀ 6-6 ਮੌਜੂਦ ਸੀ ਇਹ ਫਿਰ ਕਿਉਂ ਕਹਿ ਰਹੇ ਕਿ ਕੱਲੇ ਤੁਸੀਂ ਸੀਗੇ ਹੋਰ ਕੋਈ ਨਹੀਂ ਸੀਗਾ ਉਹਨੇ ਤਾਂ ਕਿਹਾ ਕੋਈ ਵੀ ਨਹੀਂ ਗਾ ਉਹਨੇ ਮੰਨੇ ਨਹੀਂ ਗਾ ਮੈਨੂੰ ਕਿਉਂ ਮੰਨਦਾ ਹੈ ਉਹ ਤਾਂ ਕਹਿੰਦਾ ਭਗਵੰਤ ਮਾਨ ਵੀ ਨਹੀਂ ਗਾ ਉਹਦੀ ਯਾਰ ਉਹਦੀ ਤੁਸੀਂ ਗੱਲ ਛੱਡੋ ਵਿਚਾਰਾ ਪਤਾ ਨਹੀਂ ਕੁਝ ਖਾ ਪੀ ਲੈਂਦਾ ਉਹਦਾ ਨਹੀਂ ਗੱਲਾਂ ਦਾ ਇੰਨਾ ਯਕੀਨ ਅੱਜ ਮੇਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੋਰਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਨਿਊਜ਼ 18 ਨੇ ਗੱਲਬਾਤ ਕੀਤੀ ਉਹਨਾਂ ਨਾਲ ਪੁੱਛਿਆ ਉਹਨਾਂ ਨੇ ਗਰੰਟੀ ਦਿੱਤੀ ਕਿ MSP ਨਹੀਂ ਖਤਮ ਹੋਏਗੀ ਪੋਲੀਟੀਕਲ ਪਾਰਟੀਆਂ ਸਿਰਫ ਭਰਮ ਪੈਦਾ ਕਰ ਰਹੀਆਂ ਕਿਸਾਨਾਂ ਨੂੰ ਉਕਸਾ ਰਹੀਆਂ ਨੇ ਉਹਨਾਂ ਨੇ ਨਿਊਜ਼ 18 ਤੇ ਇਸ ਗੱਲ ਦੀ ਗਰੰਟੀ ਦਿੱਤੀ ਇੱਕੋ ਮੰਗ ਰੱਖੀ ਕਿ ਤੁਸੀਂ ਕਹਿ ਰਹੇ MSP ਨਹੀਂ ਖਤਮ ਹੋਈ ਤੁਹਾਡੀ ਗੱਲ ਤੇ ਯਕੀਨ ਕਰ ਲਾਂਗੇ ਪਰ ਇਹਨੂੰ ਲਿਖਤ 'ਚ ਕਿਉਂ ਨਹੀਂ ਜੇ ਲੈ ਕੇ ਆਉਂਦੇ ਇੱਥੋਂ ਦੇ 1 ਕਿਲੋ
ਜਿੱਥੇ ਬਿੱਲ ਪਾਸ ਹੋਣਾ ਸੀ ਉੱਥੇ ਇਹਨਾਂ ਦੁਹਾਈ ਕੀ ਪਾਈ ਅਸੀਂ ਤੁਸੀਂ ਪੂਰਾ ਐਕਟ ਪੜਿਆ ਮੈਂ ਪੜਿਆ ਮੈਨੂੰ ਪੰਜ ਖਾਮੀਆਂ ਦੱਸ ਦੋ ਕਿ ਇਹ ਪੰਜ ਖਾਮੀਆਂ ਨੇ ਜਿਹੜੀਆਂ ਕਿਸਾਨਾਂ ਨੂੰ ਲੱਗ ਰਹੀਆਂ ਜਾਂ ਕਾਂਗਰਸ ਸਰਕਾਰ ਨੂੰ ਲੱਗ ਰਹੀਆਂ ਕਿ ਇਹ ਪੰਜ ਨੁਕਸਾਨ ਹੋ ਸਕਦੇ ਨੇ ਜੀ ਸਾਰੀਆਂ ਖਾਮੀਆਂ ਨੇ ਦੇਖੋ ਤਿੰਨ ਐਕਟ ਆਏ ਆ ਐਸੈਂਸ਼ੀਅਲ ਕਮਿਊਨਿਟੀ ਆਰਡੀਨੈਂਸ 2020 ਜਿਹੜਾ ਜ਼ਰੂਰੀ ਵਸਤਾਂ ਦਾ ਭੰਡਾਰੀ ਕਰੋ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਿਹੜਾ ਐਕਟ ਆਉਂਦਾ ਹੈ ਪਾਸ ਹੋਣ ਵਾਸਤੇ ਕਿੱਦਾਂ ਆਏ ਨੰਬਰ 1 ਕੀ ਆਇਆ ਨੰਬਰ 2 ਆਇਆ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਜੀ ਠੀਕ ਹੈ ਜੀ 20 ਨੰਬਰ 3 ਆਉਂਦਾ ਫਾਰਮਰਸ ਐਗਰੀਮੈਂਟ ਆਫ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਬਸਿਡੀ ਦੇਖੋ ਇਹਨਾਂ ਦੀ ਚਲਾਕੀ ਦੇਖੋ ਪਹਿਲੇ ਦਿਨ ਲਏ ਐਸੈਂਸ਼ੀਅਲ ਐਕਟ ਜਿਹੜਾ ਸੀ ਜ਼ਰੂਰੀ ਵਸਤਾਂ ਦਾ ਕਮੋਡਿਟੀਜ਼ ਦਾ ਦੂਜੇ ਦਿਨ ਲਏ ਮੰਡੀਆਂ ਦੇ ਪ੍ਰਬੰਧੀ ਕਰਨ ਦਾ ਤੁਸੀਂ ਆਪੇ ਅਨਾਜ ਪ੍ਰਾਈਵੇਟ ਕੱਢੋ ਟ੍ਰੇਡ ਕਰਨਾ ਕਮਰਸ ਕਰਨਾ ਫਿਰ ਲੈ ਜੀ ਐਗਰੀਮੈਂਟ ਕਰੋ ਹੋਣਾ ਕੀ ਚਾਹੀਦਾ ਸੀ ਪਹਿਲੋਂ ਐਕਟ ਲੈ ਕੇ ਆਉਂਦੇ ਐਗਰੀਮੈਂਟ ਕਰਨ ਦਾ ਵੀ ਅੱਜ ਅਸੀਂ ਨਵਾਂ ਕਾਨੂੰਨ ਲੈ ਕੇ ਆਏ ਹਾਂ ਆਹ ਅਸੀਂ ਐਕਟ ਲੈਂਦੇ ਚ ਖਾਮੀਆਂ ਦੱਸੋ ਲੋਕ ਦੇਸ਼ ਨੂੰ ਪਤਾ ਲੱਗ ਜਾਂਦਾ ਉਦਣ ਬਹਿਸ ਹੁੰਦੀ ਇਕੱਲੇ ਉਸ ਐਗਰੀਮੈਂਟ ਦੇ ਉੱਤੇ ਵੀ ਐਗਰੀਮੈਂਟ ਕਿਉਂ ਨਹੀਂ ਹੋਣਾ ਚਾਹੀਦਾ ਫਿਰ ਆਉਂਦੇ ਜੀ ਹੁਣ ਐਗਰੀਮੈਂਟ ਅਸੀਂ ਕਰ ਲਿਆ ਇਹਨਾਂ ਨੂੰ ਅਸੀਂ ਪ੍ਰਬੰਧ ਦੇ ਰਹੇ ਮੰਡੀ ਕਰਨ ਦਾ ਲੋਕਾਂ ਨੂੰ ਪਤਾ ਲੱਗਦਾ ਕਿ ਮੰਡੀ ਕਰਨ ਦੇ ਪ੍ਰਬੰਧ ਚ ਕੀ ਖਾਮੀਆਂ ਮੈਂ ਕਿਹਾ ਖਾਮੀਆਂ ਤੁਹਾਨੂੰ ਕਰਾ ਦਿੰਦਾ ਲੇਕਿਨ ਪੰਜ ਅਗਰ ਸੌਖੇ ਸ਼ਬਦਾਂ ਚ ਇਹ ਦੱਸਦੇ ਆ ਤੁਸੀਂ ਐਗਰੀਮੈਂਟ ਦੀ ਗੱਲ ਕਰੋ ਪਹਿਲੀ ਗੱਲ ਤੇ ਹੈ ਇਹ ਐਗਰੀਮੈਂਟ ਆਉਂਦੇ ਹੈ ਕਿ ਇਹ ਕੰਪਨੀਆਂ ਨੂੰ ਤੇ ਜ਼ਿਮੀਦਾਰ ਵਾਸਤੇ ਬੜਾ ਲਾਹੇਵੰਦ ਹੋਏਗਾ ਕੰਪਨੀਆਂ ਇਹਦੇ ਨਾਲ ਵੱਧ ਜਾਣਗੀਆਂ ਔਰ ਜ਼ਿਮੀਦਾਰ ਕੋ ਟ੍ਰੇਨਿੰਗ ਕਰਾਉਣਗੇ ਮੈਨੂੰ ਦੱਸੋ 1-2-5 ਏਕੜ ਵਾਲੇ ਜ਼ਿਮੀਦਾਰ ਅਨਪੜ੍ਹ ਜ਼ਿਮੀਦਾਰ ਜਿਹੜਾ ਇੱਕ ਵਕੀਲ ਵੀ ਨਹੀਂ ਕਰ ਸਕਦਾ ਗੁੰਜਾਇਸ਼ ਹੀ ਹੈ ਨਹੀਂ ਉਹਦੇ ਕੋਲ ਉਸ ਬੰਦੇ ਨੂੰ ਕਹਿ ਰਹੇ ਆ ਇੱਕ ਪ੍ਰਾਈਵੇਟ ਕੰਪਨੀ ਜਿਹੜੀ 1000 ਕਰੋੜ ਦੀ ਹੈ ਉਹਦੀਆਂ ਲਾਅ ਫਰਮਸ ਦਾ ਬਣਾਇਆ ਐਗਰੀਮੈਂਟ ਤੁਸੀਂ ਸਾਈਨ ਕਰੋ ਨੰਬਰ 1 ਉਹ ਐਗਰੀਮੈਂਟ ਤੇ ਕਾਮਯਾਬ ਹੋ ਸਕਦੇ ਪਹਿਲੀ ਗੱਲ ਤੇ ਫਿਰ ਇਹ ਕਹਿੰਦੇ ਆ ਜੀ ਤੁਹਾਨੂੰ ਟ੍ਰੇਡ ਕਰਨ ਵਾਸਤੇ ਅਸੀਂ ਟ੍ਰੇਡ ਦੀਆਂ ਸਰਵਿਸਿਜ਼ ਵਾਸਤੇ ਤੁਸੀਂ ਮੰਡੀਕਰਨ ਜਿੱਥੇ ਮਰਜ਼ੀ ਜਾ ਕੇ ਕਰੋ ਤੁਸੀਂ ਮੈਨੂੰ ਗੱਲ ਦੱਸੋ ਅੱਗੇ ਦੇ ਆਲਰੇਡੀ ਖੋਲਿਆ ਜ਼ਿਮੀਦਾਰ ਜਿੱਥੇ ਮਰਜ਼ੀ ਫਸਲ ਵੇਚ ਸਕੇ 2-5 ਏਕੜ ਵਾਲਾ ਬੰਦਾ ਜਿਹੜਾ ਆ ਉਹ ਕੀ ਤੁਸੀਂ ਸਮਝਦੇ ਜੇ ਕਿ ਬਾਹਰ ਜਾ ਕੇ ਫਸਲ ਜਿਹੜੀ ਆਪਣੀ ਵੇਚ ਸਕਦਾ ਆ ਉਹਦੇ ਕੋਲ 50 ਕੁਇੰਟਲ 100 ਕੁਇੰਟਲ ਉਹ ਤੇਲ ਪਵਾ ਕੇ ਤੇ ਉਹ ਕਰਨਾਟਕਾ ਜਾਂ ਇੱਥੇ ਯੂਪੀ ਜਾ ਕੇ ਵੇਚੂਗਾ ਆਪਣਾ ਛੋਟੇ ਕਿਸਾਨਾਂ ਨੂੰ ਨੁਕਸਾਨ ਟ੍ਰੇਡ ਐਂਡ ਕਮਰਸ ਦੀ ਗੱਲ ਜਿਹੜੀ ਆਉਂਦੀ ਆ ਹੁਣ ਜਦੋਂ ਪ੍ਰਾਈਵੇਟ ਪਲੇਅਰ ਨੂੰ ਆਖਤਾ ਵੀ ਤੂੰ ਜਿੱਥੋਂ ਮਰਜ਼ੀ ਖਰੀਦ ਲਾ ਤੇਰੇ ਤੇ ਕੋਈ ਟੈਕਸ ਨਹੀਂ ਆਉਣਾ ਤੇਰੇ ਤੇ ਕੋਈ ਪ੍ਰਭਾਵ ਨਹੀਂ ਪੈਣਾ ਤੁਸੀਂ ਜਿਹੜਾ ਮੰਡੀਕਰਨ ਬੋਰਡ ਦੇ ਨਾਲ ਸਾਡੀਆਂ ਕਰੀਬ ਕਾਫੀ ਵੱਡਾ 67,000-67,000 ਕਿਲੋਮੀਟਰ ਦੇ ਕਰੀਬ ਸੜਕਾਂ ਨੇ ਜਿਹੜੀਆਂ ਪਿੰਡਾਂ ਦੀਆਂ ਛੋਟੀਆਂ ਮੋਟੀਆਂ ਪਾ ਕੇ ਜਿਹਦੇ ਨਾਲ ਸਿਰਫ ਕਿਸਾਨ ਖੇਤ ਮਜ਼ਦੂਰ ਤੇ ਕਿਸਾਨ ਦੇ ਸਹਾਈ ਧੰਦਿਆਂ ਕਰਨ ਵਾਲਾ ਪਿੰਡਾਂ 'ਚ ਰਹਿਣ ਵਾਲਾ ਲੋਕ ਮੈਂ ਕਿਸਾਨੀ ਦੀ ਗੱਲ ਕਰ ਰਿਹਾ ਪਰ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਿਸਾਨੀ ਦੀ ਜੋ ਗੱਲ ਹੁੰਦੀ ਆ ਉਹਦੇ ਸਾਰੇ ਖੇਤ ਮਜ਼ਦੂਰ ਵੀ ਆਉਂਦੇ ਆ ਉਹਦੇ ਨਾਲ ਕੰਮ ਕਰਨ ਵਾਲੇ ਲੋਕ ਵੀ ਨਾਲ ਜੁੜੇ ਹੋਏ ਉਹ ਵੀ ਸਾਰੇ ਆਉਂਦੇ ਨੇ ਕੀ ਤੁਸੀਂ ਸਮਝ ਸਕਦੇ ਜੇ ਕਿ ਜੇ ਉਹ ਟੈਕਸ ਵੀ ਨਹੀਂ ਦਊਗਾ 8.5% ਜਿੱਦਾਂ ਪਿੰਡਾਂ ਦਾ ਉਹਨਾਂ ਦਾ ਵਿਕਾਸ ਨਹੀਂ ਰੁਕੂਗਾ ਕਿਹੜੀ ਸਰਕਾਰ ਆ ਜੇ ਇਹਨੇ ਕੇਂਦਰ ਸਰਕਾਰ ਨੇ ਕਹਿਣਾ ਜੀ ਮੈਂ ਟੈਕਸ ਦੇ ਕੇ ਤੁਹਾਡੇ ਸੜਕਾਂ ਬਣਾਉਂਗੀ ਸਵਾਈ ਪ੍ਰਧਾਨ ਮੰਤਰੀ ਸੜਕ ਯੋਜਨਾ ਜਾਂ ਇਹਨਾਂ ਦੀਆਂ ਜਿਹੜੀਆਂ ਅਲੱਗ ਅਲੱਗ 2-3 ਸਕੀਮ ਨੇ ਉਹਦੀ ਤੇ ਉਹ ਸੜਕਾਂ ਵੈਸੇ ਨਹੀਂ ਆਉਂਦੀਆਂ ਕੌਣ ਉਹਨਾਂ ਨੂੰ ਡਿਵੈਲਪ ਕਰੇਗਾ ਮੰਡੀ ਕਰਨ ਦਾ ਏਡਾ ਵੱਡਾ ਇਨਫਰਾਸਟ੍ਰਕਚਰ ਆ ਕਹਿੰਦੇ ਵਿਚੋਲੀਆਪਨ ਖਤਮ ਕਰ ਦਿੱਤਾ ਹੈ ਜਿਹੜੇ ਵਿਚੋਲੀਏ ਨੇ ਉਹ ਸਿੱਧੇ ਕਿਸਾਨ ਜਿਹੜੇ ਨੇ ਹੁਣ ਪਹੁੰਚ ਸਕਣਗੇ ਵਿਚੋਲੇ ਆਲਰੇਡੀ ਖਤਮ ਹੈ ਅੱਗੇ ਆਲਰੇਡੀ ਜਿਹੜੇ ਫਸਲ ਦੇ ਪੈਸੇ ਸਿੱਧੇ ਕਿਸਾਨ ਦੇ ਜਾ ਰਹੇ ਨੇ ਕਿਸਾਨ ਆਪਣੀ ਮਰਜ਼ੀ ਦੇ ਨਾਲ ਵਿਚੋਲੇ ਨੂੰ ਪੈਸੇ ਦਿੰਦਾ 2-2.5% ਜਿੰਨਾ ਉਹਨੇ ਪੈਸੇ ਦੇਣੇ ਜੋ ਉਹਨੇ ਆੜਤ ਰੱਖੀ ਆ ਪੱਲੇਦਾਰੀ ਖਤਮ ਆੜਤ ਖਤਮ ਇਨਫਰਾਸਟ੍ਰਕਚਰ ਜਿੰਨਾ ਬਣਿਆ ਸੀ ਮੰਡੀਕਰਨ ਬੋਰਡ ਦਾ ਤੁਸੀਂ ਸਮਝੋ ਜੇ 67,000 ਕਿਲੋਮੀਟਰ ਸੜਕ ਬਣਦੀ ਤਾਂ ਉਹਦੇ ਤੇ ਲੇਬਰ ਕਿੰਨੀ ਕੰਮ ਕਰਦੀ ਸੀ ਉਹ ਵੀ ਫਿਰ ਨਾਲ ਅਨਿਸ਼ਚਿਤ ਕਾਲ ਲਈ ਖਤਮ ਕਿਉਂਕਿ GST ਲੈਣਾ ਹੋਵੇ GST ਦੇ ਟਾਈਮ ਨਾਲ ਦੇ ਨਹੀਂ ਪਾ ਰਹੇ ਸਾਨੂੰ ਇਹ ਉਹਦਾ ਤਾਂ ਪ੍ਰਬੰਧ ਕਿੱਥੋਂ ਕਰਕੇ ਦੇਣਗੇ ਜੀ ਭੰਡਾਰਨ ਤੁਸੀਂ ਕਹਿ ਤਾ ਭੰਡਾਰ ਕਰ ਲਓ ਅੱਜ ਬਗੈਰ ਕਾਨੂੰਨ ਹੁੰਦਿਆਂ ਹੋਇਆਂ ਵੀ ਬਗੈਰ ਕਿਸੇ ਦੀ ਚੈਕਿੰਗ ਤੋਂ 1000 ਟਨ ਜਿਹੜਾ ਆ ਉਹ ਇਹਨਾਂ ਨੂੰ ਮਤਲਬ ਇਹਨਾਂ ਨੇ ਭੰਡਾਰ ਕਰਕੇ ਰੱਖਿਆ ਉਹ ਤੇ ਕਹਿ ਰਹੇ ਜਮਾਖੋਰੀ ਖਤਮ ਕਰਨਾ ਚਾਹੁੰਦੇ ਜਿਹੜੀ ਜਮਾਖੋਰੀ ਕੀਤੀ ਜਾ ਰਹੀ ਹੈ ਪੰਕਜ ਜੀ ਇਹਦੇ ਨਾਲ ਜਮਾਖੋਰੀ ਖਤਮ ਹੋਣੀ ਹੈ ਕਿ ਵਧਣੀ ਆ ਇਹਦੇ ਅਨਪੜ ਬੰਦੇ ਨੂੰ ਮੈਂ 2 ਚੀਜ਼ਾਂ ਸਮਝਾ ਦੋ ਵੀ ਜਮਾਖੋਰੀ ਖਤਮ ਹੋਣੀ ਕਿ ਵਧਣੀ ਹੈ ਪਰ ਔਜਲਾ ਜੀ ਇੱਕ ਸਵਾਲ ਇਹ ਵੀ ਹੈ ਨਾ ਕਿ ਤੁਹਾਨੂੰ ਨਹੀਂ ਲੱਗਦਾ ਕਾਂਗਰਸ ਕਿਸਾਨਾਂ ਨੂੰ ਉਕਸਾ ਰਹੀ ਹੈ ਕੋਰੋਨਾ ਟਾਈਮ ਦੇ ਵਿੱਚ ਇੰਨਾ ਇਕੱਠ ਕਰਨਾ ਕੋਰੋਨਾ ਟਾਈਮ ਦੇ ਵਿੱਚ ਅਗਰ ਇੱਕ ਨੂੰ ਵੀ ਕੋਰੋਨਾ ਹੋ ਗਿਆ ਸਰਕਾਰ ਦੇ ਅੰਕੜੇ ਪੰਜਾਬ ਦੇ ਅੰਕੜੇ ਕਿੱਥੇ ਜਾਣਗੇ ਕੋਰੋਨਾ ਕਿੱਥੇ ਜਾ ਕੇ ਰੁਕੇਗਾ ਹਾਲਾਤ ਪਹਿਲਾਂ ਹੀ ਨਾਜ਼ੁਕ ਹੋ ਰਹੇ ਔਰ ਅਜਿਹੇ ਚ ਜਦੋਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਤੁਸੀਂ ਦਿੱਲੀ ਚੱਲੋ ਅਸੀਂ ਤੁਹਾਡੇ ਨਾਲ ਦਿੱਲੀ ਚੱਲਣ ਨੂੰ ਤਿਆਰ ਆ ਅਸੀਂ ਧਰਨਿਆਂ ਚ ਬੈਠਾਂਗੇ ਮੈਂ ਤੁਹਾਨੂੰ ਗੱਲ ਦੱਸਾਂ ਬਿਲਕੁਲ ਸੀਐਮ ਸਾਹਿਬ ਨੇ ਵੀ ਉਹਨਾਂ ਨੂੰ ਅਪੀਲ ਕੀਤੀ ਆ ਭਾਈ ਸੋਸ਼ਲ ਡਿਸਟੈਂਸਿੰਗ ਜ਼ਰੂਰ ਮੇਨਟੇਨ ਰੱਖੋ ਇਹ ਬੜੀ ਜ਼ਰੂਰੀ ਆ ਲੱਗਦਾ ਕਿ ਇਦਾਂ ਦੇ ਧਰਨਿਆਂ ਤੇ ਸੋਸ਼ਲ ਡਿਸਟੈਂਸਿੰਗ ਹੋ ਸਕਦੀ ਪ੍ਰੈਕਟੀਕਲੀ ਪੋਸੀਬਲ ਹੈ ਨਹੀਂ ਮੇਨਟੇਨ ਹੋ ਰਹੀ ਉੱਚ ਤੋਂ ਮੈਂ ਕਹਿੰਦਾ ਹੋ ਸਕਦੀ ਇਹ ਤਾਂ ਪੋਸੀਬਲ ਹੀ ਨਹੀਂ ਹੈਗਾ ਤੁਸੀਂ ਉਹਨੂੰ ਦੱਸੋ ਕਿ ਸਾਡਾ ਇਹਨਾਂ ਨਾਲ ਕੀ ਲੈਣ ਦੇਣ
कांग्रेस फायदा बाई दी चोणा ने ना कि किसान वोट बैंक ताही तो साथ की गल की जा रही असी तो जहां 5 जून तो बाद च कदी ए ना क्या हो किसान दे हक च नहीं गा जा मतलब किसान दे हक च फिर तुसीं साडे नाल गल करो ये तो पहले दिन तो कह रहे हैं ये किसान दे विरोध च आ हुण की साडी जिम्मेवारी विरोध दसनी बनती नहीं हुण जिवें फर्ज करो पंकज जी अज मैं हाउस च ना बोलीए ना असी पोज करिए तुहाडे सवाल मेरे ते की होने लेकिन ओजला साहब सरकार को बहुमत है सरकार तो आसानी ना पास करा रही है दो गल्लां मेरी गल नहीं ते फिर बोलना बंद कर दिए लेकिन किसानों तो कितना कितने कुछ तरीका लभ्या क्योंकि सिर्फ किसानी नहीं कोरोना भी ध्यान च रखना पे मैं गल कह रहा जी मैं असी बेनती करते हैं असी किसान जथेबंदियों नूं भी बेनती करते हैं कि तुसी परिवार भी अपने ध्यान च रखने पर सरकार नूं नौबत क्यों आ गई कोरोना टाइम च जो दूजे नंबर ते इस वेले इंडिया पूरी दुनिया च दूजे नंबर ते क्यों नौबत आ गई कि इस वेले किसान जिन्हां दा फायदे की गल कर रहे हो धरने ते बैठे हुए ने तुहानूं इक चीज नहीं लगती देखो जे सरकार ने थोड़ा बहुत भी किसान नूं ध्यान च रखा होंदा कितने ना कितने तो कोई चैक हुंदा इहनां ते होर नहीं कोई स्टेट लॉ ही ला दें इन्हों क्योंकि सरकार का जी राज सरकार आ कानून है तुम माड़े समय से इन्ने तो वह अनाज भंडार फड़िया जाए बकायदा तुम लाइसेंस मिलेगा कि इन्ने टन तुम कर सकते जी उस तो बाद स्टेट तुम पुछ सकती है कोई उन्होंने चैक नहीं जो अब कोरोना महामारी ना ना होंगी तो मेरा ख्याल है कि सारा देश जाम हो जाता अच सिर्फ तुम की समझते अरे जिन्ने किसान सड़कों के उत्तर यो दुखी ने बहुत किसान ने जो अजे परिवार ने मदद करने वाले कहें यार चलो कोई गल नहीं मैं नहीं जाता पर जेडे बेचारे जिन्हों का सारा कुछ करजाए तो कहना मरिया मर तो मैं गया ही है महामारी ना मर जा बेलना मरना मरना तो दो साल बाद भी आ सारा कुछ दाद ला के बाहर सड़क से आ गया अदरवाइज जे कि कोरोना महामारी ना होंगी ये अज दिल्ली का की शहर का हर मैट्रोपोलिटन सिटी जरा अज बंद हों देश बंद हों पूरा पूर्ण तौर पर धन्यवाद अगला जी तो गुरजीत सिंह औजला कांग्रेस के मैंबर पार्लियामेंट खुल के गलबात रखी कि क्यों किसान सड़कों पर ने क्यों कांग्रेस विरोध कर रही है और अकाली दल ने इस्तीफा तो दे दिता लेकिन देरी जरूर कर दी और यह कहा जा रहा है कि एक मूवमेंट जी है वो बनती पई है और इस तरीके दे नाल किसान होर ज्यादा सड़कों पर उतरेंगे क्योंकि ये किसान मारू बिल जड़े ने वो केंद्र सरकार लेके आई है कैमरामैन रजिंदर के नाल पंकज भाई न्यूज 18 दिल्ली।